ਬਾਕੀ ਯਾਰ ਫਾਈਨਲੀ ਹੋ ਗਏ ਸੀਟ ਕਵਰ ਤੇ ਜਸਟ ਲੁਕਿੰਗ ਲਾਈਕ ਅ ਵਾਓ ਕਵਰ ਕਿੰਨੇ ਦੇ ਪਏ ਤੇ ਕਿਦਾਂ ਦੀ ਕੁਆਲਿਟੀ ਹੈ ਤੇ ਸਭ ਦੱਸ ਦੇ। ਆਖਰੀ ਜਿਹੜਾ ਵਲੌਗ ਸੀ ਨਾ ਉਹ ਮੈਂ ਸ਼ੂਟ ਕੀਤਾ ਸੀ ਅਕਤੂਬਰ 'ਚ ਤੇ ਪਹਿਲਾਂ ਮੇਨ ਬੰਦੇ ਕੋਲ ਚੈੱਕ ਤੇ ਕਰਾਈਏ ਕਵਰ ਸਹੀ ਪਏ ਹੈ ਕਿ ਨਹੀਂ ਹਨਾ। ਵੈਲਕਮ ਬੈਕ ਗਾਈਸ, ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਤੁਹਾਡਾ ਇੱਕ ਫਿਰ ਤੋਂ ਯਾਰ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਤੇ ਤੁਸੀਂ ਕਹਿੰਦੇ ਹੋਣੇ ਆ ਇੰਨੇ ਦਿਨਾਂ ਬਾਅਦ, ਸੋਰੀ ਦਿਨਾਂ ਨਹੀਂ ਇੰਨੇ ਮਹੀਨਿਆਂ ਬਾਅਦ। ਆਖਰੀ ਜਿਹੜਾ ਵਲੌਗ ਸੀ ਨਾ ਉਹ ਮੈਂ ਸ਼ੂਟ ਕੀਤਾ ਸੀ ਅਕਤੂਬਰ 'ਚ ਤੇ ਉਹ ਕੋਈ ਨਹੀਂ, ਇਹ ਦੱਸਾਂਗੇ ਕਿਉਂ ਇੰਨੀ ਲੇਟ ਸੀ ਤੇ ਚਲੋ ਕਰਦੇ ਅੱਜ ਦਾ ਵਲੌਗ ਸ਼ੁਰੂ। ਤੇ ਯਾਰ ਅੱਜ ਜਾਣਾ ਵਾ ਆਪਾਂ ਗੱਡੀ ਦੇ ਜਿਹੜੇ ਸੀਟ ਕਵਰ ਸੀ ਉਹ ਪਵਾਉਣੇ ਸੀ ਅਤੇ ਮੈਂ ਹਾਂ ਚਲੋ ਨਾਲ ਨਾਲ ਅੱਜ ਵਲੌਗ ਦਾ ਕੰਟੈਂਟ ਆ ਕੱਢ ਲਈਏ। ਅਤੇ ਬਾਕੀ ਚੈਨਲ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਕਰ ਲਓ ਅਤੇ ਚਲੋ ਕਰਦੇ ਵਲੌਗ ਨੂੰ ਸਟਾਰਟ। ਯਾਰ ਸੀਟਾਂ ਲੱਛਣੀਆਂ ਸ਼ੁਰੂ ਹੋ ਗਈਆਂ ਵਾ ਅਤੇ ਕਵਰ ਸੇਮ ਹੀ ਕਿਰਲੇ ਪਸੰਦ ਜੋ ਆ ਡਿਜ਼ਾਇਨ ਆ ਸੇਮ ਹੀ ਆ, ਬਾਕੀ ਇੱਕ ਸੀਟ ਲੱਥ ਗਈ ਬਾਕੀ ਆ ਵੀ ਲੱਛਣੀਆਂ ਹਾਲੇ। ਜਿੱਦਾਂ ਆਹ ਕਵਰ ਆ ਅਤੇ ਆਹ ਜਿਹੜੀ ਓਰੀਜਨਲ ਸੀਟ ਆ, ਮਤਲਬ ਸੇਮ ਕੋਂਬੀਨੇਸ਼ਨ ਜਿਹਾ ਹੀ ਆ। ਬਾਕੀ ਯਾਰ ਸੀਟ ਕਵਰਾਂ ਦਾ ਤਾਂ ਕੰਮ ਹੁੰਦਿਆ ਵਾ ਅਤੇ ਨਾਲ ਹੀ ਡੈਸ਼ ਕੈਮ ਵੀ ਸੋਚਿਆ ਲਵਾਈ ਹੈਗੀ, ਬਾਕੀ ਹੁਣ ਬੈਕ ਕੈਮਰਾ ਫਿਟਿੰਗ ਹੋਣ ਲੱਗਾ ਵਾ। ਆ ਜੀ ਉਹ ਡੈਸ਼ ਕੈਮ, ਇਹ ਲੱਗਣਾ ਵਾ ਫਰੰਟ 'ਤੇ ਅਤੇ ਇੱਕ ਆ ਉਹ ਬੈਕ 'ਤੇ। ਯਾਰ ਬੜੀ ਜਗ੍ਹਾ ਤੋਂ ਟਰਾਈ ਕੀਤਾ, ਇੱਥੇ ਨਾ ਆਹ ਕੈਮਰਾ ਲੱਗਾ ਜਿਹੜਾ ਕੰਪਨੀ ਵੱਲੋਂ ਆ ਫਿਟਿੰਗ, ਤਾਂ ਕਰਕੇ ਇੱਥੇ ਹੋਰ ਕੋਈ ਕਹਿੰਦੇ ਜਗ੍ਹਾ ਨਹੀਂ ਹੈਗੀ ਲੱਗਣ ਦੀ ਅਤੇ ਹੁਣ ਕੈਂਸਲ ਕਰਨਾ ਗਿਆ ਵਾ ਫਿਰ ਰਹਿਣੀ ਤੋਂ। ਬਾਕੀ ਸੀਟਾਂ ਦਾ ਕਵਰ ਕੰਮ ਹੋ ਹੀ ਚੱਲਿਆ ਵਾ, ਮਗਰ ਵਾਲੀਆਂ ਤਾਂ ਹੋ ਗਏ ਆ ਅਤੇ ਫਰੰਟ ਪੈਸੈਂਜਰ ਸਾਈਡ ਹੋ ਗਈ ਆ ਅਤੇ ਡਰਾਈਵਰ ਸਾਈਡ ਬਾਕੀ ਆ। ਬਸ ਡੇਢ ਘੰਟਾ ਗਿਆ ਵਾ, ਇੱਕ ਘੰਟਾ ਹੋ ਗਿਆ, ਅੱਧੇ ਘੰਟੇ ਤੱਕ ਵੇਖੋ ਕਹਿਣ ਤਾਂ ਦੇ ਕਰ ਦਾਂਗੇ। ਅਤੇ ਬਾਕੀ ਯਾਰ ਇੱਕ ਤਾਂ ਗੱਡੀ ਗੰਦੀ ਇੰਨੀ ਹੁੰਦੀ ਨਾ ਕੋਈ ਹਿਸਾਬ ਵੀ ਨਹੀਂ। ਬਾਕੀ ਯਾਰ ਮਗਰਲੀਆਂ ਸੀਟਾਂ ਦਾ ਹੋ ਗਿਆ ਕੰਮ, ਬਾਕੀ ਅਗਲੀਆਂ ਦੋ ਰਹਿ ਗਈਆਂ ਅਤੇ ਬਸ ਥੋੜ੍ਹਾ ਚਿਰ ਹੀ ਆ ਹੋਰ ਬਾਕੀ ਹੋ ਜਾਣਾ। ਇੱਕ ਹੀ ਇਹ 'ਚ ਰੈੱਡ ਸੀ ਅਤੇ ਸਟਿਚਿੰਗ ਮਤਲਬ ਰੈੱਡ ਨਾਲ ਸੀ, ਬਾਕੀ ਕਵਰ ਬਲੈਕ ਸੀ, ਮੈਨੂੰ ਕਾਫੀ ਵਧੀਆ ਲੱਗੇ ਬਾਕੀ ਦੇ। ਏ ਫਿਊ ਮੋਮੈਂਟਸ ਲੇਟਰ, ਬਾਕੀ ਯਾਰ ਫਾਈਨਲੀ ਹੋ ਗਈਆਂ ਸੀਟਾਂ ਕਵਰ, ਪੈ ਗਏ ਸੀਟ ਕਵਰ ਅਤੇ ਬਾਕੀ ਡੇਢ ਘੰਟਾ ਗਿਆ ਸੀ ਅਤੇ ਦੋ ਘੰਟੇ ਲੱਗ ਗਏ ਆ ਅਤੇ ਪਰ ਕੋਈ ਗੱਲ ਨਹੀਂ, ਇੰਨਾ ਕੁ ਚੱਲਦਾ ਹੀ ਆ। ਯਾਰ ਕਵਰ ਵੈਸੇ ਸਹੀ ਲੱਗਣ ਦੇ ਆ, ਇੰਟੀਰੀਅਰ ਦੇ ਨਾਲ ਆਪਾਂ ਮੈਚ ਕਰਕੇ ਸਿਲੈਕਟ ਕੀਤਾ ਸੀ ਡਿਜ਼ਾਇਨ ਅਤੇ ਬਾਕੀ ਚੈੱਕ ਕਰੋ। ਅਤੇ ਬਾਕੀ ਯਾਰ ਕਵਰ ਪਾਉਂਦਿਆ ਲੇਟ ਹੋ ਗਏ ਸੀ ਉੱਥੋਂ ਵਾਪਸ ਆਉਂਦਿਆ ਅਤੇ ਹੁਣ ਜੇਸ਼ਨ ਹੋਣਾ ਕਰੂ ਗਏ ਸੀ। ਮੈਂ ਪਹਿਲਾਂ ਮੇਨ ਬੰਦੇ ਕੋਲ ਚੈੱਕ ਤਾਂ ਕਰਾਈਏ ਕਵਰ ਸਹੀ ਪਏ ਹੈ ਕਿ ਨਹੀਂ ਹਨਾ, ਉਹ ਸਭ ਵੇਖੋ ਪਹਿਲਾਂ ਆਪ ਚੈੱਕ ਕਰੋ
so brilliant, just looking like a wow. ਯਾਰ ਅੱਜ ਹੈਵੀ ਡਰਾਈਵਰ ਸਾਹਿਬ ਚਲਾਉਂਦੇ ਨੇ ਮੋਟਰਸਾਈਕਲ। ਆ ਯਾਰ ਇਹਨੇ ਪੱਕਾ ਸੋਚਿਆ ਟੰਟ ਮਾਰਦਾ, ਇੱਕ ਤਾਂ ਠੰਡ ਹੋਈ ਆ, ਇਹਨੂੰ ਤੇ ਚਾਹ ਵਾ ਮੋਟਰਸਾਈਕਲ ਦਾ, ਇਹਨੂੰ ਕਾਹਦੀ ਠੰਡ। ਦੁਕਾਨਾਂ ਸਾਰੀਆਂ ਬੰਦ ਸੀ, ਇੱਕ ਤਾਂ ਠੰਡ ਖੁੱਲੀ 24 ਘੰਟੇ ਅਵੇਲੇਬਲ ਖੜਾ ਕੁਝ। ਨਹੀਂ ਨਹੀਂ ਇੱਕ ਤਾਂ ਠੰਡ ਲੱਗਦੀ ਗੁਰੂ, ਵੇਖ ਤੂੰ ਇੱਡੀ ਹੁੱਡੀ ਪਾਈ ਥੱਲਿਓ, ਗਰਮ ਲੋੜ ਪਾਈ ਥੱਲਿਓ ਕੀ ਲੈ ਇੱਥੇ ਲੋੜ। ਦੀ ਨੈਕਸਟ ਡੇ ਤੇ ਬਾਕੀ ਯਾਰ ਜਿੱਦਾਂ ਕਿ ਕੱਲ ਆਪਾਂ ਸੀਟ ਅਰੇ ਬਹੁਤ ਮਨੁੱਖ ਲੱਗ ਰਹੇ ਹੋ, ਮਤ ਕਰੋ, ਰਹਿਣ ਲੋ, ਰਹਿਣ ਲੋ, ਬਹੁਤ ਬੁਰੇ ਲੱਗ ਰਹੇ ਹੋ, ਤੋਬਾ ਤੋਬ। ਮੀਮ ਲੱਗ ਗਿਆ, ਸਮਝ ਲੱਗ ਗਿਆ। ਤੇ ਬਾਕੀ ਯਾਰ ਕੱਲ ਯਾਰ ਕਵਰ ਪਵਾ ਕੇ ਆ ਗਏ ਸੀ ਆਪਾਂ ਤੇ ਨਾਲ, ਹਾਂ ਤਾਂ ਵੀ ਆ ਗਿਆ ਨਾਲ ਹੀ ਆਪਣੇ। ਤੇ ਬਾਕੀ ਯਾਰ ਹੁਣ ਮੈਂ ਹਾਂ ਦੱਸ ਦਈਏ ਕੀ ਪ੍ਰਾਈਜ਼, ਕਿੱਥੋਂ ਪਵਾਏ ਕਵਰ, ਕਿੰਨੇ ਦੇ ਪਏ ਤੇ ਕਿੱਦਾਂ ਦੀ ਕੁਆਲਿਟੀ ਹੈ ਤੇ ਸਭ ਦੱਸ ਦਿਓ। ਹੈ ਬਹੁਤ ਖਰਾਬ ਕੁਆਲਿਟੀ। ਤੇ ਨਾ ਇਹ ਜਿਹੜੇ ਕਵਰ ਆਪਾਂ ਅੰਮ੍ਰਿਤਸਰੋਂ ਬਾਏ ਕੀਤੇ ਆ ਤੇ ਇਹ ਸਾਨੂੰ ਪਏ ਆ ਕਿੰਨੇ ਦੇ, ਡੈਸ਼ਬੋਰਡ ਵਿੱਚ ਚੈੱਕ ਕਰ, ਇਹ ਸਾਨੂੰ ਪਏ ਜੋ 5500 ਦੇ ਕਵਰ, ਬਸ 5500। ਤੇ ਬਾਕੀ ਹੋਰ ਵੀ ਕਈ ਦੁਕਾਨਾਂ ਸੀ ਆਪਾਂ ਟਰਾਈ ਕੀਤਾ ਪਰ ਕਿਤੇ ਉਹ 7000-6000 ਤੇ ਇਹ ਸਾਨੂੰ ਫਿਟਿੰਗ ਪਾ ਕੇ ਪਏ ਆ 5500 ਦੇ। ਤੇ ਬਾਕੀ ਯਾਰ ਕੁਆਲਿਟੀ ਤਾਂ ਬਾਕੀ ਠੀਕ ਹੀ ਆ, ਬੰਦਾ ਬੈਠਾ ਵਾ ਕੁਝ ਨਹੀਂ ਹੁੰਦਾ ਕਵਰ ਨੂੰ, ਏਦਾਂ ਦੇ ਬੰਦੇ ਬੈਠੇ ਹੋਣ ਕਵਰ ਤੇ ਕਵਰ ਖਰਾਬ ਹੁੰਦੇ ਆ, ਪਰ ਵੇਖੋ ਨਹੀਂ ਹੁੰਦੇ। ਇੱਕ ਤੇ ਯਾਰ ਠੰਡ ਬਹੁਤ ਵਧਣ ਦੀ ਤੇ ਧੁੰਦ ਪੈਣ ਦੀ ਪੈਂਦੀ ਨਾ, ਤੇ ਹੁਣ ਸੋਚਿਆ ਮੈਂ ਹਾਂ ਚਲੋ ਇੱਕ ਅੱਧਾ ਧੁੰਦ ਨਹੀਂ ਪੈਂਦੀ ਤੇ ਕਾਈਟ ਵਲੋਗ ਮੈਂ ਹਾਂ ਕਰੀਏ ਅੱਜ, ਤੇ ਹੁਣ ਆਹ ਵਲੋਗ ਖਤਮ ਕਰਦੇ ਆ ਤੇ ਕਾਈਟ ਵਲੋਗ ਕਰਦੇ ਆ ਸ਼ੁਰੂ। ਤੇ ਬਾਕੀ ਯਾਰ ਹੁਣ ਥੋੜੇ ਭਾਵੇਂ ਲੇਟ ਆਉਣ ਵਲੋਗ ਪਰ ਮੁੜ ਕੇ ਜਿਹੜੇ ਆਉਣੇ ਨਾ ਵਲੋਗ ਉਹ ਵੇਖਣਾ ਲਿਆਉਣੇ, ਇਹ ਆਪੇ ਝੂਠ ਵੱਧ ਬੋਲਦੀ। ਚਲੋ ਬਾਕੀ ਯਾਰ ਓਦਾਂ ਬੈਠੇ ਕਿਤੇ ਗੱਡੀ ਅੰਦਰੋਂ ਇੰਨੀ ਠੰਡੀ ਹੋਈ ਨਾ ਤੂੰ ਲਾਈਟਾਂ ਕਰ ਦੀ ਬੰਦ। ਤੇ ਚਲੋ ਮਿਲਦੇ ਆ ਫਿਰ ਨਵੇਂ ਵਲੋਗ ਦੇ ਨਾਲ, ਟਿਲ ਦੈਨ ਬਾਏ ਬਾਏ, ਟੇਕ ਕੇਅਰ, ਬਾਏ ਬਾਏ। ਖਤਮ ਨਹੀਂ ਹੋਇਆ, ਖਤਮ ਨਹੀਂ ਹੋਇਆ।